ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਸੂਬੇ ਦੀ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ ਹੈ, ਜਿਸ ਵਿੱਚ ਡਾਇਰੈਕਟਰ ਹੈਲਥ ਤੋਂ ਲੈ ਕੇ ਸਿਵਲ ਸਰਜਨ, SMOs, ਮੈਡੀਕਲ ਅਫਸਰ ਸਮੂਹ ਇਸ ਦੇ ਮੈਂਬਰ ਹਨ। PCMS ਐਸੋਸੀਏਸ਼ਨ ਦਾ ਮੇਨ ਮਕਸਦ ਹੈ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ, ਪੰਜਾਬ ਦੇ ਲੋਕਾਂ ਨੂੰ ਵਧੀਆ ਅਤੇ ਫ੍ਰੀ ਸਿਹਤ ਸਹੂਲਤਾਂ ਦੇਣੀਆਂ ਅਤੇ ਡਾਕਟਰਾਂ ਦੇ ਹਿੱਤਾਂ ਦੀ ਰਾਖੀ ਕਰਨਾ। ਇਹਨਾਂ ਮੁੱਦਿਆਂ ਨੂੰ ਲੈ ਕੇ PCMS ਐਸੋਸੀਏਸ਼ਨ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਦੇ ਨਾਲ ਵਾਰਤਾਲਾਪ ਕਰ ਰਹੀ ਹੈ। ਸਾਡੀ ਐਸੋਸੀਏਸ਼ਨ ਦਾ ਮੇਨ ਮੁੱਦੇ ਸੀ, ਸਭ ਤੋਂ ਪਹਿਲਾਂ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਤਕਰੀਬਨ 60% ਸਰਕਾਰੀ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਟੋਟਲ 4600 ਅਸਾਮੀਆਂ ਮਨਜ਼ੂਰ ਹਨ, ਜਿਨ੍ਹਾਂ ਵਿੱਚੋਂ 2800 ਅਸਾਮੀਆਂ ਖਾਲੀ ਪਈਆਂ ਹਨ। ਐਸੋਸੀਏਸ਼ਨ ਦਾ ਮਕਸਦ ਸੀ ਕਿ ਇਹਨਾਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ, ਤਾਂ ਕਿ ਲੋਕ ਜਦੋਂ ਸਿਵਲ ਹਸਪਤਾਲਾਂ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਮਾਹਰ MBBS ਡਾਕਟਰ, ਹਰ ਤਰ੍ਹਾਂ ਦੀਆਂ ਸਪੈਸ਼ਲਿਟੀ ਦੇ ਡਾਕਟਰ ਮਿਲਣ ਅਤੇ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਨਾ ਜਾਣਾ ਪਵੇ। ਪਰੰਤੂ ਪਿਛਲੇ 2.5 ਸਾਲਾਂ ਤੋਂ ਸਰਕਾਰ ਵੱਲੋਂ ਇੱਕ ਵੀ PCMS ਰੈਗੂਲਰ ਡਾਕਟਰ ਕਿਸੇ ਹਸਪਤਾਲ ਦੇ ਵਿੱਚ ਨਹੀਂ ਰੱਖਿਆ ਗਿਆ। ਦੂਸਰਾ ਮੁੱਦਾ ਸੀ ਕਿ ਜੋ ਸਿਵਲ ਹਸਪਤਾਲਾਂ ਦੇ ਵਿੱਚ ਐਮਰਜੈਂਸੀਆਂ ਹੈਗੀਆਂ, ਜਿੱਥੇ 24x7 ਐਮਰਜੈਂਸੀ ਚੱਲਦੀਆਂ ਹਨ, ਉੱਥੇ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਜਾਵੇ। ਇਸ ਸੰਬੰਧ ਦੇ ਵਿੱਚ ਵੀ ਸਾਡੀ ਮਿਨਿਸਟਰ ਸਾਹਿਬ ਦੇ ਨਾਲ, ਸੈਕਟਰੀ ਸਾਹਿਬ ਨਾਲ ਕਈ ਵਾਰੀ ਵਾਰਤਾਲਾਪ ਹੋਈ। ਉਹਨਾਂ ਨੇ ਕਾਗਜ਼ਾਂ ਦੇ ਵਿੱਚ ਤਾਂ ਜਵਾਨੀ ਆਸ਼ਵਾਸਨ ਤਾਂ ਬਹੁਤ ਵਾਰੀ ਦਿੱਤਾ, ਪਰ ਜ਼ਮੀਨੀ ਤੌਰ ਦੇ ਉੱਤੇ ਕੁਛ ਨਹੀਂ ਹੋਇਆ। ਦੇਖਣ ਦੇ ਵਿੱਚ ਆਉਂਦਾ ਹੈ ਕਿ ਐਮਰਜੈਂਸੀ ਦੇ ਵਿੱਚ ਰਾਤ ਨੂੰ ਜ਼ਿਆਦਾਤਰ ਫੀਮੇਲ ਸਟਾਫ ਨਰਸ ਹੁੰਦੀ ਹੈ ਅਤੇ ਫੀਮੇਲ ਡਾਕਟਰ ਡਿਊਟੀ 'ਤੇ ਤੈਨਾਤ ਹੁੰਦੇ ਹਨ। ਲੋਕ ਲੜਕੇ ਸ਼ਰਾਬ ਪੀ ਕੇ ਹਸਪਤਾਲਾਂ ਦੇ ਵਿੱਚ ਆਉਂਦੇ ਆ। ਹਸਪਤਾਲ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਹੁੰਦੀ, ਇੱਕ ਮਰੀਜ਼ ਦੇ ਨਾਲ 10-10-15 ਮਰੀਜ਼ ਹੋਰ ਜਾਣੇ ਹੁੰਦੇ, ਉਹਨਾਂ ਦੇ ਦੋਸਤ ਰਿਸ਼ਤੇਦਾਰ ਹੁੰਦੇ ਆ, ਕਈ ਵਾਰ ਉਹਨਾਂ ਨੇ ਵੀ ਦਾਰੂ ਪੀਤੀ ਹੁੰਦੀ ਹੈ, ਜੋ ਹਸਪਤਾਲ ਦੇ ਵਿੱਚ ਹੰਗਾਮਾ ਕਰਦੇ ਆ। ਇਸ ਨਾਲ ਮਰੀਜ਼ ਦਾ ਵੀ ਨੁਕਸਾਨ ਹੁੰਦਾ ਹੈ, ਮਰੀਜ਼ ਨੂੰ ਚੰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਅਤੇ ਕਈ ਵਾਰੀ ਇਹ ਸ਼ਰਾਰਤੀ ਅਨਸਰ ਹਸਪਤਾਲ ਦੇ ਸਟਾਫ ਦੇ ਨਾਲ ਦੁਰਵਿਵਹਾਰ ਕਰਕੇ ਵੀ ਚਲੇ ਜਾਂਦੇ ਹਨ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਵੀ ਐਮਰਜੈਂਸੀ ਚੱਲਦੀ ਹੈ, ਸਾਰਿਆਂ ਦੇ ਵਿੱਚ 24x7 ਸਿਕਿਉਰਿਟੀ ਮੈਜਰ ਦਿੱਤੇ ਜਾਣ। ਤੀਸਰਾ ਸੀ ACP, ਜਿਸ ਨੂੰ ਅਸੀਂ ਸਮਾਂਬੱਧ ਤਰੱਕੀਆਂ ਕਹਿ ਦਿੰਦੇ ਹਾਂ। ਪਿਛਲੇ ਪੇ ਕਮਿਸ਼ਨ ਦੇ ਵਿੱਚ ਸਰਕਾਰ ਵੱਲੋਂ ਇਹ ਸਮਾਂਬੱਧ ਤਰੱਕੀਆਂ ਨੂੰ ਟੈਂਪਰੇਰੀ ਰੋਕ ਲਗਾ ਦਿੱਤੀ ਗਈ ਸੀ, ਪਰ ਹੁਣ ਤੱਕ ਇਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ। ਅਸੀਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਪਹਿਲਾਂ ਤਾਂ ਸਰਕਾਰੀ ਡਾਕਟਰ ਸਾਹਿਬਾਨ ਆ, ਸਪੈਸ਼ਲਿਸਟ ਉਹ ਸਰਕਾਰੀ ਨੌਕਰੀ ਦੇ ਵਿੱਚ ਆਉਂਦੇ ਨਹੀਂ, ਜੇ ਆਉਂਦੇ ਆ ਤਾਂ ਬਹੁਤ ਜਲਦੀ ਛੱਡ ਜਾਂਦੇ, ਕਿਉਂਕਿ ਸਰਕਾਰ ਵੱਲੋਂ ACP ਬੰਦ ਕਰ ਦਿੱਤਾ ਗਿਆ। ਇਸ ਲਈ ਡਾਕਟਰ ਨੂੰ ਰਿਟੇਨ ਕਰਨ ਦੇ ਲਈ ACP ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਸੀ, ਅਤੇ ਸਰਕਾਰ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਇਸ ਨੂੰ ਬਹਾਲ ਕਰਾਂਗੇ, ਪਰ ਹਾਲੇ ਤੱਕ ਬਹਾਲ ਨਹੀਂ ਹੋਇਆ। ਇਹਨਾਂ ਗੱਲਾਂ ਨੂੰ ਦੇਖਦੇ ਹੋਏ, ਇਹਨਾਂ ਮੰਗਾਂ ਨੂੰ ਮੁੱਖ ਰੱਖਦੇ ਹੋਏ, PCMS ਐਸੋਸੀਏਸ਼ਨ ਨੇ ਕੱਲ੍ਹ ਤੋਂ, ਮਤਲਬ 9 ਤਰੀਕ ਤੋਂ, ਹਸਪਤਾਲਾਂ ਨੂੰ ਕੰਪਲੀਟ ਸ਼ਟਡਾਊਨ, ਪੂਰਨ ਤੌਰ 'ਤੇ ਬੰਦ ਕਰਨ ਦਾ ਡਿਸੀਜਨ ਲਿਆ ਸੀ। ਪਰੰਤੂ ਮਿਨਿਸਟਰ ਸਾਹਿਬ ਵੱਲੋਂ ਕੁਛ ਫੈਸਲੇ ਲੈ ਕੇ ਸਾਨੂੰ ਮੈਸੇਜ ਲਗਾਇਆ ਗਿਆ ਕਿ 11 ਤਰੀਕ ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਹੈ, ਜਿਸ ਵਿੱਚ ਤੁਹਾਡੀਆਂ ਸਾਰੀਆਂ ਜੋ ਮੰਗਾਂ ਹੈ ਮੰਨ ਲਈਆਂ ਜਾਣਗੀਆਂ ਅਤੇ ਨੋਟੀਫਿਕੇਸ਼ਨ ਕਰ ਦਿੱਤੀ ਜਾਊਗੀ। ਇਸ ਕਾਰਨ PCMS ਐਸੋਸੀਏਸ਼ਨ ਨੇ OPD ਨੂੰ 9, 10, 11 ਨੂੰ ਅੱਧੇ ਦਿਨ ਦੇ ਲਈ ਬੰਦ ਕਰਨ ਦਾ ਡਿਸੀਜਨ ਲਿਆ ਹੈ। ਸਵੇਰੇ 8 ਤੋਂ 11 ਤੱਕ OPD ਬੰਦ ਰਹੂਗੀ, OPD ਸਿਰਫ 11 ਤੋਂ 2 ਵਜੇ ਤੱਕ ਹੀ ਓਪਨ ਰਹੂਗੀ। ਐਮਰਜੈਂਸੀ ਸੇਵਾਵਾਂ ਚੱਲਣਗੀਆਂ, ਇਸ ਤੋਂ ਬਿਨਾਂ ਮੈਡੀਕਲ ਐਗਜ਼ਾਮੀਨੇਸ਼ਨ, ਡੋਪ ਟੈਸਟ, ਰੂਟੀਨ ਟੈਸਟ,
ਇਨਕੁਆਇਰੀਜ਼, ਰਿਪੋਰਟਿੰਗ, VIP ਡਿਊਟੀ, ਇਹ ਵੀ ਸਭ ਬੰਦ ਰਹਿਣੀ ਆ। ਜੇਕਰ ਸਰਕਾਰ 11 ਤਰੀਕ ਨੂੰ ਆਪਦੇ ਕੀਤੇ ਹੋਏ ਵਾਅਦੇ ਨਹੀਂ ਮੰਨਦੀ ਹੈ ਤਾਂ 12 ਤਰੀਕ ਤੋਂ ਕੰਪਲੀਟ ਸ਼ਟਡਾਊਨ ਹੋਊਗਾ, ਹਸਪਤਾਲ ਦੀਆਂ ਓਪੀਆਂ ਬੰਦ ਹੋ ਰਹਿਣਗੀਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦਾ ਮਕਸਦ ਲੋਕਾਂ ਨੂੰ ਤਕਲੀਫ ਦੇਣ ਦਾ ਨਹੀਂ ਹੈ। ਸਾਡੇ ਵੱਲੋਂ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਐਮਰਜੈਂਸੀਆਂ, ਜਿਹੜੇ ਮਰੀਜ਼ ਜ਼ਿਆਦਾ ਗੰਭੀਰ ਹਨ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਦੇਖਿਆ ਜਾਵੇ। ਜੋ ਜੱਚਾ ਬੱਚਾ ਕੇਸ ਹੈ, ਡਿਲੀਵਰੀ ਕੇਸ ਹੈ ਜਾਂ ਸਜ਼ੇਰੀਅਨ ਹੈਗੇ ਆ, ਉਹਨਾਂ ਨੂੰ ਵੀ ਸਾਡੇ ਡਾਕਟਰ ਸਾਹਿਬਾਨ ਦੇਖਣਗੇ, ਕਿਸੇ ਮਰੀਜ਼ ਦਾ ਕੋਈ ਨੁਕਸਾਨ ਨਾ ਹੋਵੇ। ਪਰੰਤੂ ਕੁਝ ਸਰਕਾਰ ਤੋਂ ਮੰਗਾਂ ਬਣਾਉਣ ਦੇ ਲਈ ਸਖ਼ਤ ਫੈਸਲੇ ਐਸੋਸੀਏਸ਼ਨ ਨੂੰ ਲੈਣੇ ਪਏ ਹੈ। ਇਸ ਲਈ ਅਸੀਂ ਸਮੂਹ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਹ ਮੈਸੇਜ ਆਮ ਜਨਤਾ ਤੱਕ ਪਹੁੰਚਾਇਆ। ਧੰਨਵਾਦ।